अतवाद विरोधी फ्रंट दे आगू मनिंदरजीत सिंह बिट्टा वल्लो पिछले दिनी मारे गए शौर्य चक्र विजेता कामरेड बलविंदर सिंह पिखीविंड दे घर पहुंच के उन्हां दे परिवारक मेंबरां नाल दुख सांझा कीता गया। इस मौके मनिंदरजीत बिट्टा ने कामरेड बलविंदर सिंह पिखीविंड दी अतवाद खिलाफ बहादुरी नाल लड़ी लड़ाई नूं याद करदियां परिवार नूं रब्बी भाणा मनन दा हौंसला दिता। इस मौके पत्रकारां नाल गल्लबात करदियां उन्हां कामरेड बलविंदर सिंह दे होए कतल लई सरकार पुलिस ਅਤੇ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਜਿਹਦਾ ਦਿੱਤਾ ਹੋਇਆ ਸੂਰਿਆ ਚੱਕਰ ਦਾ ਅਪਮਾਨ ਕੀਤਾ ਉਹਨੇ ਕਿਉਂ ਰਿਪੋਰਟ ਤੇਰੀ ਭੇਜੀ ਕਿਸ ਪਰਿਵਾਰ ਨੂੰ ਖਤਰਾ ਜਿੰਨਾ ਮਰਜ਼ੀ ਉਲਝਾ ਲੈ ਉਲਝਾਈ ਜਾਣ ਬੰਦੇ ਫੜ ਲਾਂਗੇ ਬੰਦੇ ਦੇਖ ਮੈਨੂੰ ਬੰਦੇ ਨਾਲ ਨਹੀਂ ਫੜ ਲੋਗੇ ਨਾ ਬੜੇ ਆਏ ਇਹਨਾਂ ਨੇ ਛੱਡ ਛੁੱਟਦੇ ਨੇ ਮੈਨੂੰ ਨਹੀਂ ਸਵਾਲ ਸੁਰੱਖਿਆ ਦਾ ਮੁੱਦੇ ਦਾ ਪਟਕੇ ਨਾ ਕੋਈ ਨਾ ਕੋਈ ਅਧਿਕਾਰੀ ਪਟਕੇ ਨਾ ਮੀਡੀਆ ਪਟਕੇ ਮੁੱਦਾ ਗੋਲੀ ਦਾ ਨਹੀਂ ਹੈ ਗੋਲੀ ਦੇ ਅੱਗੇ ਸੁੱਟਿਆ ਕਿਵੇਂ ਜਿਨ੍ਹਾਂ ਨੇ ਸੁਰੱਖਿਆ ਹਟਾਈ ਉਹਨਾਂ ਨੇ ਮਰਡਰ ਕੀਤਾ ਕਤਲ ਕੀਤਾ ਜਿਨ੍ਹਾਂ ਨੇ ਰਿਪੋਰਟਾਂ ਗਲਤ ਭੇਜੀਆਂ ਉਹਨਾਂ ਨੇ ਕਤਲ ਕੀਤਾ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਸ਼ਹੀਦ ਕੀਤਾ ਦੋ ਮੁੱਦੇ ਇੱਕ ਕਤਲ ਇੱਕ ਸ਼ਹੀਦ ਇੱਕ ਮਰਡਰ ਇੱਕ ਸ਼ਹੀਦ ਨਾ ਸੁਰੱਖਿਆ ਹਟਾਉਂਦੇ ਫਰਜ਼ ਕਰੋ ਕੋਈ ਹੋਰ ਹੀ ਮਰ ਗਿਆ ਮੈਂ ਕਹਿੰਦਾ ਗੱਲ ਕਰਦਾ ਕੋਈ ਹੋਰ ਹੀ ਮਰ ਗਿਆ ਅਗਰ ਗਨਮੈਨ ਹੁੰਦੇ ਕੀ ਸ਼ਹਾਦਤ ਹੁੰਦੀ ਮੇਰਾ ਇੱਕ ਸਵਾਲ ਹੈ ਤੁਹਾਡੇ ਹੁੰਦੀ ਨਹੀਂ ਹੁੰਦੀ ਨਾ ਜਿਹੜੇ ਬੰਦਿਆਂ ਨੇ ਲੋਕਲ ਸੀਆਈਡੀ ਇੰਟੈਲੀਜੈਂਸ ਤੇ ਸੈਂਟਰ ਇੰਟੈਲੀਜੈਂਸ ਏਜੰਸੀ ਤੇ ਜਿਹੜੀ ਤਰਤਰ ਨੂੰ ਦੇਖਦੀ ਜਿਨ੍ਹਾਂ ਨੇ ਇਹਦੇ ਤੇ ਧਿਆਨ ਨਹੀਂ ਦਿੱਤਾ ਉਹਨਾਂ ਨੇ ਰਾਸ਼ਟਰਪਤੀ ਜੀ ਦੇ ਮੈਡਲ ਦਾ ਅਪਮਾਨ ਕੀਤਾ ਉਹਨਾਂ ਨੇ ਮਰਡਰ ਕੀਤਾ ਕਤਲ ਕੀਤਾ। ਉਹਨਾਂ ਆਖਿਆ ਕਿ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੀ ਸੁਰੱਖਿਆ ਗਿਣੀ ਮਿੱਥੀ ਸਾਜ਼ਿਸ਼ ਤਹਿਤ ਵਾਪਿਸ ਲਈ ਗਈ। ਇਸ ਮੌਕੇ ਉਹਨਾਂ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਆਪਣਾ ਪੰਜਾਬ NRI TV ਲਈ ਤਰਨ ਤਾਰਨ ਤੋਂ ਰਿੰਪਲ ਗੋਲਨ ਦੀ ਵਿਸ਼ੇਸ਼ ਰਿਪੋਰਟ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ-ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।